ਬਣਿਆ ਮੇਰੀ ਵਾਰੀ ਹੁਣ ਮੁਫਤ ਬਣ ਮੁਫਤ ਬਣ ਜੀ ਬੱਚੋ ਆਂਟੀ ਆਪ ਕ੍ਰੀਮ ਕੌਨ ਸੀ ਯੂਜ਼ ਕਰਦੀ ਹੈ ਆਇਓਡੈਕਸ ہمارے آنٹی کا متھا زمین پر بہت لگتا ہے نا ادھر ہی آئی آنٹی نہیں آنٹی بغیر تھا لاسٹ کے آنٹی ہمارے رشتوں کا معاملہ ہے یار آنٹی بندے کا پتر بن آئیے آنٹی ہڑواؤں شٹ اپ آنٹی جی بچیو تسی شیمپو کیڑا یوز کرتے ہو پہلے آپ بتائیں آپ نے کون سا شیمپو لگایا ہے نا پینٹی میں نے بھی نیا لگایا ہے کون سا کے والا ٹین میں بھی لایا کیڑا پتا نہیں کوئی لا گیا ہونا آنٹی جی میرا مال چھانٹی آنٹی آپ پیار کہاں سے ہوتی ہیں ٹانگیا لیٹے ہو بنایا بتاؤں بیسن کے اندر تلے ہو نا آئی لائک ویری مچ آنٹی جی اے تو آڈا مو کی آڈا وڈا ہے تین مہینے سویل ہے منہ پھسی رہی ہے نا آنٹی جی اے گال دے دس ہو تانو رنگ کیڑا پسند ہے اڈیا اڈیا کی مطلب جے تو چھاپا پہندا رنگ ہی اڈا اس ٹائم دا رنگ من بڑا پسند ہے آنٹی جی تیری انٹرویو کرو پھولا پھالی نہ بکواس پیسوں کے لیے لڑکیاں پیمنٹ نہیں ملتی اس فلموں میں سال ہے پوری گل کرنا آنٹی ہمارے رشتوں کا معاملہ ہے بغیر تو کہتے کھا ہی جائیے بس تو بھی دھیان کر کتے دی آنٹی چل شٹ اپ ڈونٹ ڈسٹرب می جی بچیو ہائے آنٹی ایکسکیوز می اوے تے کیلی لا دے بغیر تو کل کل نہیں پڑتی تو نہیں پر بھی تیرا کھانا خراب ہوے مرے تو تیرے پاسے کی نے سخت نے لے لوکاں نے پنے تھوڑے رہے چکڑے لو جے عورت نے ہر چوک لڑ پیندی جو مرضی گل کر پر تارک بادشاہ کا نام نہیں لینا ٹھیک ہے جرافت پارک آنٹی آنٹی جی آنٹی ہم آپ کو کیسے لگے ہیں ایک دم پوپٹ آئے آنٹی نا چھیڑ کیوں اندر دا انکل جگانا ہے آنٹی جی کیسے لگی ایک دم پوپٹ تم بھی پوپٹ ہے تیری پیر تو سونی ہے تو بھی کٹ نہیں ہوئے ابو آ کے ہماری آنٹی کا کھانا خراب کر دو وعلیکم Hi, nice to meet you. Same to you. Sit down. پہلے تسی. نہیں پہلے تسی. نہیں پہلے تسی. پہلے تسی. نہیں پہلے میں. میں جیت گئی. Very good way. آہ بابا. اوہ اوہ. ہو گیا. اے سوفے جی ٹھیک آنے. جاؤ بچیوں.
ਮੈਂ ਕਿਹਾ ਗਲਤ ਸਿਪ ਬੰਦ ਕਰ ਬੈਠਾ। ਆਂਟੀ ਲਈ ਨਾ ਕੋਈ ਚਾਹ ਪਾਣੀ ਕੋਈ ਬਿਸਕੁਟ ਆਂਟੀ ਸਾਡੇ ਘਰ ਪਹਿਲੇ ਦਫਾ ਆਏ ਨੇ, ਕੁਝ ਖਾਣ ਪੀਣ ਦਾ ਬੰਦੋਬਸਤ ਕਰੀਏ। ਜੀ ਉਹ ਮੇਰੇ ਰਹਿਣੇ ਔਰ ਸਹਿਣੇ ਦਾ ਬੰਦੋਬਸਤ ਕਰੋ। ਆਂਟੀ ਤੁਸੀਂ ਆਓ ਸੀ, ਤੁਹਾਡੇ ਦੋਨੇ ਜਗ੍ਹਾ ਦਾ ਬੰਦੋਬਸਤ ਮੈਂ ਕਰਦੇ ਆ। ਆਂਟੀ ਗਲੀ, ਆਂਟੀ ਗਲੀ ਇਹ ਕਿਊਟੀ ਹਲ ਦਾ ਸ਼ਰਬਤ ਲਾਓ। ਕਿਊਟੀ ਹਲ ਖਾਣਾ ਵੀ ਲੈ ਕੇ ਆਏ, ਦੁੱਧ ਪੱਤੀ ਲੈ ਕੇ ਆਣਾ। ਹਾਂ ਦੁੱਧ ਪੱਤੀ, ਮਾਸ਼ਾਅੱਲਾ ਕਿਤੇ ਖੂਬਸੂਰਤ ਤੁਸੀਂ। ਆ ਅੰਕਲ ਜੀ ਵੇਲੇ ਹੀ ਹੋ। ਹਾਂ ਜੀ ਖਟਮਲ ਹੀ ਬੜੇ ਸਨ। ਵੀ ਬੜੀ ਖਾਈ ਹੈ ਅਬੂ ਦੇ ਪੁੱਤਰ। ਆ ਮੈਨੂੰ ਦੱਸੋ ਕੱਪੜੇ ਕਿਹੜੇ ਪਸੰਦ ਕਰਦੇ ਹੋ? ਟੰਗੇ ਪੈਨੋਰਾਮਾ ਗਈ ਸਾ ਨਾ ਸ਼ੋਕੇਸ ਦੇ ਟੰਗੇ ਵੇਖੇ, ਉਹਨਾਂ ਦੀ ਗੱਲ ਕਰਨ ਲਈ। ਮੇਰੀ ਗੱਲ ਦੱਸੋ ਜੀ, ਪੁੱਛੋ ਨਾ ਮਰ ਗਿਆ, ਪੁੱਛੋ ਨਾ ਮਰ ਗਿਆ। ਤੂੰ ਇਸ ਭਾਈ ਦੀ ਤਾਂ ਗੱਲ ਹੀ ਨਹੀਂ ਹੋਈ। ਓਏ ਕੋਈ ਆਮ ਔਰਤ ਨਹੀਂ, ਓਏ ਕੋਈ ਆਮ ਔਰਤ ਨਹੀਂ ਹੈ, ਵੈਸ਼ੀ ਔਰਤ ਜੀ। ਮੈਂ ਘੁੰਮਣ ਫਿਰਨ ਵਾਲੀ ਔਰਤ ਆ ਨਾ, ਕਦੀ ਇੰਗਲੈਂਡ, ਕਦੀ ਜਪਾਨ, ਕਦੀ ਤਾਈਵਾਨ, ਤੇ ਪਰਸੋਂ ਮੈਂ ਅਮਰੀਕਾ ਜਾਣਾ ਸੀ। ਉਹ ਪੰਘੂੜੇ ਵਾਲਾ ਹੀ ਨਹੀਂ ਆਇਆ। ਪੰਘੂੜੇ ਵਾਲਾ ਹੀ ਨਹੀਂ ਆਇਆ, ਤਿੰਨ ਵਾਰੀ ਬੇਵਾ ਹੋਈਆਂ, ਯਾਨੀ ਕਿ ਹੈਟ੍ਰਿਕ। ਤਿੰਨ ਵਾਰੀ? ਪਹਿਲਾ ਵਿਆਹ ਕੀਤਾ, ਖਾਮਨ ਜ਼ਹਿਰ ਖਾ ਕੇ ਮਰ ਗਿਆ, ਤੇ ਦੂਜਾ? ਦੂਸਰਾ ਵੀ ਜ਼ਹਿਰ ਖਾ ਕੇ ਮਰ ਗਿਆ, ਤੇ ਤੀਜਾ? ਤੀਸਰੇ ਨੂੰ ਮੈਂ ਡਾਂਗਾ ਮਾਰ ਮਾਰ ਕੇ ਮਾਰ ਛੱਡਿਆ। ਉਹ ਕਿਉਂ? ਜ਼ਹਿਰ ਨਹੀਂ ਸਿਖਾਉਂਦਾ। ਐਤਕੀ ਮੈਂ ਪੱਪੂ ਕਾਲੀਏ ਤੇ ਅੱਖ ਰੱਖੀ ਏ, ਉਹ ਆਪ ਜ਼ਹਿਰ ਏ। ਨਹੀਂ ਜਿਹੜੇ ਉਹਨਾਂ ਨੇ ਲਾਇਆ ਨਾ ਗੈਰ ਨਸੀਬ ਸਾਹਿਬ, ਕੀ ਬਾਤ ਏ। ਵਾਹ ਵਾਹ ਵਾਹ। ਮੈਂ ਫਿਰ ਮੈਂ ਅਮਰੀਕਾ ਸ਼ਿਫਟ ਹੋ ਗਈ। ਅੱਛਾ, ਅਮਰੀਕਾ। ਫਿਰ ਵਿਆਹ ਦੀ ਲੋੜ ਹੀ ਨਹੀਂ ਪਈ। ਅੱਛਾ ਇੱਕ ਗੱਲ ਦੱਸੋ, ਰਹੀਮ ਦੀ ਅੰਮੀ? ਰਹੀਮ? ਰਹੀਮ ਕੌਣ ਹੈ? ਰਹੀਮ ਮੇਰਾ ਪਹਿਲਾ ਪਲੇਟੀ ਦਾ ਬੱਚਾ ਜੀ। ਮਾਸ਼ਾਅੱਲਾ ਮਾਸ਼ਾਅੱਲਾ। ਇਹ ਉਹ ਕਿਹਦੇ ਚ ਜੀ? ਉਹ ਆਪਣੇ ਪਿਓ ਤੋਂ ਹੈ। ਤੁਸੀਂ ਗੱਲ ਦੱਸੋ। ਦੇਖਿਏ ਆਪ ਪਹਿਲੇ ਜੀ ਬਤਾਏ, ਆਪਕੀ ਬੱਚੀ ਹੈ, ਮਾਸ਼ਾਅੱਲਾ ਬੜੇ ਨੇਕ ਪ੍ਰਵੀਨ ਬੱਚੇ ਹੈ ਮੇਰੇ। ਇਹ ਮੁੰਡੇ? ਹਾਂ, ਇਹ ਮੇਰੇ ਭਾਈ ਕੀ ਔਲਾਦ ਹੈ। ਇਹ ਜਿਹੜੇ? ਹਾਂ, ਕੁੱਤੇ ਦੇ ਪੁੱਤਰ ਨੇ। ਕੁੱਤੇ? ਸ਼ਰਾਬ ਨੂੰ ਤੇ ਹੱਥ ਹੀ ਨੀ ਲਾਉਂਦੇ, ਪੈਪ ਨਾਲ ਪੀਂਦੇ ਨੇ। ਬਹੁਤ ਅੱਛੇ। ਜੂਆ ਨੀ ਕਦੀ ਖੇਡੇ? ਜਦੋਂ ਖੇਡੇ ਪਰਚੀ ਦਾ ਜੂਆ ਖੇਡੇ। ਵੈਰੀ ਗੁੱਡ। ਕਦੀ ਮੁਜਰਾ ਵੀ ਨੀ ਸੁਣਿਆ? ਘਰੇ ਨੀ ਜਾਂਦੇ ਨੇ? ਸ਼ਰੀਫ ਬੱਚੇ, ਸ਼ਰੀਫ ਕੁੜੀਆਂ ਵਰਗੇ ਬੱਚੇ, ਮੁੰਡੇ ਇਹਨਾਂ ਨੂੰ ਛੇੜਦੇ ਨੇ। ਵੈਰੀ ਗੁੱਡ। ਸਮਾਨ ਤੁਹਾਡੇ ਵਾਸਤੇ ਸਾਰੇ ਸਬਜ਼ੀਆਂ ਲੈ ਆਇਆ ਜੀ, ਖੀਰੇ ਲੈ ਆਇਆ, ਤਰਾਂ ਲੈ ਆਇਆ, ਠੀਕ ਹੈ ਜੀ, ਤੇ ਨਾਲ ਤੁਹਾਡੇ ਵਾਸਤੇ ਸ਼ੇਵ ਦਾ ਸਮਾਨ ਵੀ ਲੈ ਆਇਆ। ਮੈਂ ਕਿਹਾ ਖੁਸ਼ੀ ਦਾ ਮੌਕਾ, ਬੱਚੇ ਤਰ੍ਹਾਂ ਫਰੈਸ਼ ਨਜ਼ਰ ਆਉਣੇ ਚਾਹੀਦੇ ਨੇ। ਸ਼ੇਵ ਮੈਂ ਬੜਾ ਦਾ ਸ਼ੇਵ ਮੈਂ ਉਠਾ ਕੇ ਲਾਇਆ ਜੀ। ਇੱਕ ਗੱਲ ਦੱਸੋ ਜੀ, ਪੁੱਛੋ, ਇਹ ਦਸਤਾਨੇ ਕਿਉਂ ਪਾਏ ਤੁਸੀਂ? ਦਰਅਸਲ ਆਂਟੀ ਤਵਾਇਫਾਂ ਦੇ ਵਿਕਟ ਕੀਪਰ ਨੇ ਨਾ। ਅੱਛਾ, ਇਹਦੀ ਬੇਬੇ ਮੇਰੇ ਪਿਆ ਉਹ ਕਰੀ। ਅੱਛਾ ਜੀ, ਇਹ ਦੋ ਮੁੰਡੇ ਨੇ? ਸ਼ਾਦੀਆਂ ਹੋ ਗਈਆਂ, ਉਹਦੇ ਬਾਅਦ ਮੇਰੀ ਵੀ ਸ਼ਰਤ ਹੈ। ਹੁਕਮ ਕਰੇ, ਮੇਰੀ ਵੀ ਸ਼ਾਦੀ ਹੋਏਗੀ। ਕਿੱਥੇ? ਤੁਹਾਡੀ ਆਂਟੀ ਨਾਲ। ਵਾਅਦਾ ਨਹੀਂ ਸੀ ਹੋਇਆ, ਉਨਕੀ ਮਤਲੂਬਾ ਸਹੂਲਤ ਮੇਰੇ ਇਸਤੇਮਾਲ ਮੇ ਨਹੀਂ ਹੈ। ਓਏ ਇਹਨਾਂ ਦੀ ਤੇ ਹੋਣ ਦੇ, ਕਿਉਂ ਸਿਮ ਬੰਦ ਕਰਾਣੀ ਹੈ?
ਮੇਰੇ ਸਿਗਨਲ ਪੂਰੇ ਨਹੀਂ ਆਣ ਡੇ। ਮੇਰੀ ਸ਼ਾਦੀ ਹੋ ਗਈ ਇੱਥੇ। ਯਾ ਕਰੇ ਤੁਸੀਂ ਵੀ ਅਮੀਆਂ ਵਾਲੇ ਹੋ ਯਾਰ। ਬਸ ਸ਼ਾਦੀ ਹੋ ਲੈਣਗੇ ਫਿਰ ਅਸੀਂ ਕਰ ਲਾਂਗੇ ਕੋਈ ਬੰਦਾ ਬਸ। ਸੱਤ ਦਿਨ ਦੀ ਗੱਲ ਹੈ, ਸੱਤ ਦਿਨ ਕੱਢ ਹੀ ਲਵੋ ਫਿਰ। ਤੇਰੀਆਂ ਨੀ ਖੁੱਲਦੀਆਂ ਅੱਖਾਂ, ਮੇਰੀਆਂ ਖੁੱਲ ਜਾਣੀਆਂ। ਤੁਸੀਂ ਕਹਿੰਦੇ ਕੁੜੀਆਂ ਦੇ ਵਿਆਹ ਹੋਣਾ ਵਾ, ਠੀਕ ਹੈ ਇਹਨਾਂ ਦਾ ਵਿਆਹ ਹੋ ਜਾਂਦਾ, ਤੇਰੀ ਵਿਖ ਲਾ ਦੇਗਾ ਅੱਖਾਂ ਡਰ ਕੇ ਦੌੜ ਜਾਣਗੇ। ਗੱਲ ਕਰਨ ਵਾਲੀ ਯਾਰ, ਜੇ ਨਾ ਉਹਨੂੰ ਵੀ ਕਦੀ ਸਮਝ ਆਈ ਫਿਰ ਕਹਿੰਦਾ ਦੋ ਦੋਸਤਾਂ ਨੇ ਕੁਰਬਾਨੀ ਦਿੰਦੇ, ਪਿਛਲੇ ਸਾਲ ਵੀ ਤੂੰ ਕੁਰਬਾਨੀ ਦਿੱਤੀ ਸੀ। ਕੁਰਬਾਨੀ ਦੇ ਦੇਣ ਉਹ ਮੈਨੂੰ ਯਾਦ ਆਇਆ, ਉਹ ਆਪਣਾ ਮੇਰੀ ਆਏਗੀ ਨਾ ਫਿਲਮ ਸਾਹਿਬ ਹੋਵੀ, ਉਹਦੇ ਅੱਗੇ ਮੇਰੀਆਂ ਤਾਰੀਫਾਂ ਹੋਣੀਆਂ ਚਾਹੀਦੀਆਂ। ਕਿਸੇ ਨੇ ਬੁਰਾਈ ਕੀਤੀ ਮੈਂ ਲੱਤਾਂ ਪਾ ਦਿਆਂਗਾ, ਮੈਂ ਜ਼ਰਾ ਬੱਚੀ ਉਸ ਚਾਹ ਪੀ ਕੇ ਆਈ। ਆਈਏ ਜ਼ਰਾ, ਕਿੱਧਰ ਗਈਆਂ ਉੱਧਰ ਗਈਆਂ ਕੁੜੀਆਂ, ਉੱਧਰ ਗਿਆ ਮਿਲਾ। ਚਲੋ ਮੈਂ ਆਈ। ਜੱਟ ਮਹਿਫਲਾਂ ਚ ਡੱਟ ਨਿੱਤ ਪੱਟਦਾ, ਬੜੀ ਮਿਹਰਬਾਨੀ ਤੋੜ ਗਈ ਤੂੰ ਯਾਰੀ ਸੋਹਣੀਏ। ਜੱਟ ਮਹਿਫਲਾਂ ਚ ਡੱਟ ਨਿੱਤ ਪੱਟਦਾ, ਬੜੀ ਮਿਹਰਬਾਨੀ ਤੋੜ ਗਈ ਤੂੰ ਯਾਰੀ ਸੋਹਣੀਏ। ਜੱਟ ਮਹਿਫਲਾਂ ਚ ਡੱਟ ਨਿੱਤ ਪੱਟਦਾ, ਬੜੀ ਹੈਲੋ ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਪਿਆਰੇ ਬੱਚੋ ਜੀ, ਆਜ ਸਭਾ ਨੰਬਰ 7 ਪੜ੍ਹੇਂਗੇ। ਰੋਜ਼ ਪਿਛਲੀ ਪੜ੍ਹਾਈ ਪੜ੍ਹਤਾ ਹੈ, ਪਹਿਲੇ ਜਿਹੜੀ ਪੜ੍ਹ ਬੈਠਾ। ਇਹ ਕੌਣ ਹੈ? ਤੁਸੀਂ ਇਹਨਾਂ ਨੂੰ ਪਛਾਣਿਆ ਨੀ? ਹਾਫਿਜ਼ ਸੋਹਨ ਅਲਵਾ, ਉਹਨਾਂ ਨੂੰ ਜਾਣਦੇ ਹੋ ਨਾ? ਉਹਨਾਂ ਦੇ ਖਾਲੀ ਡੱਬੇ ਬਣਾਉਂਦਾ। ਕੌਣ ਤੁਸੀਂ? ਚਿੱਟੀ ਸੋਹਣੀ ਕੁੜੀ ਹੈ ਨਾ, ਲਓ ਜੀ ਮੇਰੀ ਨਿਕਲਣੀ ਹੈ 2 ਲੱਖ ਦੀ ਕਮੇਟੀ, ਤੇ ਮੈਂ ਤੁਹਾਡੀਆਂ ਹੀ ਪੌੜੀਆਂ ਚੜ੍ਹਨਾ। ਨਿਕਲੀ ਤੇ ਕੋਈ ਗੱਲ ਨੀ, ਥੱਲੇ ਬਹਿ ਕੇ ਬੰਦੇ ਚੜ੍ਹਾਈ ਜਾਵਾਂਗਾ। ਕੈਸੀ ਬਾਤੇਂ ਕਰ ਰਹੀ ਹੋ ਤੁਮ ਰਾਧਾ? ਯਾਦ ਕਰੋ ਵੋ ਪੂਰਨਮਾਸ਼ੀ ਕੀ ਰਾਤ, ਜਬ ਚਾਰੋਂ ਤਰਫ ਹਨੇਰਾ ਥਾ, ਤੁਮਹਾਰੇ ਹਾਥ ਮੇਂ ਜੋ 150 ਥਾ ਵੋ ਮੇਰਾ ਥਾ। ਵਾਹ ਜੋ ਨਚੈਨ ਬੱਚਾ ਥਾ ਵੋ ਮੇਰਾ ਥਾ। ਓ ਨੋ, ਯੇ ਕਿਆ ਹੋ ਰਹਾ ਹੈ? ਮੈਂ ਠੀਕ ਕਹਿ ਰਹਾ ਹਾਂ, ਪਾਰੋ ਪਾਰੋ ਨਹੀਂ ਦੇਵਾ। ਨਹੀਂ ਦੇਵਾ ਕੀ ਦੇਵਾ, ਐਸਾ ਮਤ ਕੋ ਦੇਓ। ਹਾਂ ਬਾਤ ਕਰੋ ਨਾ। ਬਹੁਤ ਦੇਰ ਤੱਕ ਸ਼ਰਾਬ ਪੀਂਦਾ ਤਾ, ਮੈਂ ਪਾਊਡਰ ਪੀਂਦਾ। ਕਾਤਿਆ, ਯੇ ਮਜ਼ਦੂਰ ਕਾ ਹਾਥ ਹੈ? ਮੇਰਾ ਆਪਣਾ ਕਿੱਥੇ, ਆਪਣਾ ਕਿੱਥੇ ਦੇ? ਮਜ਼ਦੂਰ ਤਾਂ ਲੈ ਕੇ ਫਿਰ ਰਹੇ ਅਗੋ। ਸਾਬਾ ਸਰਕਾਰ ਔਰ ਹਮ ਪਰ ਕਿਤਨਾ ਨਾਮ ਲਗਾਏ ਹੈ? ਦੋ ਕੁਲਫੀਆਂ ਦੋ ਕਿੱਥੇ ਕਿੱਥੇ। ये कैसी बातें कर रही हो तुम शांति? क्यों, क्या हुआ? मैं तुम्हें ढूंढ रहा था, शांति किधर चली गई थी तुम? क्यों, क्या हुआ? मैं बीमार हो गया था। अच्छा? डॉक्टर ने मुझे दवाई दी। हाँ? कहता ये खा के शांति के साथ सो जाओ। पारो, पारो कहती है शराब छोड़ दो, माँ कहती है घर छोड़ दो।
دنیا والوں ایک دن میرے باپ نے دنیا چھوڑ چلی ہے, دنیا چھوڑ چلی ہے, آج یہ سارے گھر والے شرم پکے گا. فلم بند کرو جیو لو جدو لاؤ چار بساں الٹ گئی, بم دھماکہ ہو گیا, پنجی بندے مر گئے, تے نا کی جیو جیو نہیں مرو, ہونا چاہیے مرو چینل. صحیح گل ہے, ویسے ویاہ کر لو میرے نال, ہاں میرے نال ویاہ کر کے چل میرے پنڈ, تین فون لے کے دیا گا میں 33-10 36-10 58,000 دا, ایڈا مہنگا میں تینوں اپنی امی دے گردے ویچ کے لے کے دینا, اسی تے 25,000 چ اپنی کڑی دا ویاہ رکھ لینے, کیوں مامو صحیح بات کی ہے. جو مجھے کہتا تھا تم میرا دوست ہے, میرا بھائی ہے, اس وکی کی بات کرتی ہو؟ وہ چول جہا بندہ ہے, وہ غلط فہمی ہوئی ہے. کیا جو میرے ساتھ فلموں میں کام کرتا ہے؟ او گجا جہا بڑا بغیرت آدمی ہے, سارا دن کڑیاں دے پیچھے پھرتا رہندا. ہو کی مطلب؟ او ہن وی ہنی شہزادی دے پان لین گیا ہوں. وکی وہ تو ہے ہی ٹھڑکی, اتنا چھیڑتا کڑیاں نوں, تہانوں کی دساں, ہن تے اودی امی نہیں اونوں گھر وڑن دیندی, کہندی اودوں آیا کر جدوں تیرا اپنا گھر ہوے. یہ وکی کی پیار میں ڈھکی ہوئی عورت ہے, یہ ڈھکی ہوئی, ہاں اس کے بیٹے کی ماں بننے والی ہے. بچے دی ماں کہہ رہا بیٹا تو سال کیڑا الٹرا ساؤنڈ کرایا, ہوں بھی کچی لسی نال اچار کھا کے آئی ہے. نہیں کرو ایسا, حال تو اتنا زور نہیں لائی دا. اے بڑی کمرشل عورت ہے, ایڈی اچھی عورت ہے, تہانوں کی پتہ؟ اے جیس دیاں تین سیما لو نا, تے ایہو جی عورت نال مفت دیندے نے, جتھے سگنل نہیں آوندے اوتھے سنیہا دے کے آوندی, تے ساریاں سکیم والیاں دکاناں دا تینوں ہی پتہ. گیٹ آؤٹ. میں وکی نوں دیکھو, وکی کتھے گیا, انہاں نے انتظار کر رہا. جی کیسا لگ رہا ہے؟ کیا بات ہے, بڑی اچھی جوڑی ہے. ہاں جی 3600 دی بیچاں گے ایتھے. نہیں نہیں سونی جوڑی ہے, لگدا نہیں پیو تینوں کاڑے چھڈن چلے ہیں. آپ نے مجھے سیا نہیں, آپ کا تو روز ذکر کرتا ہے سونے سے پہلے. وہ آپ اسے پیار کرتی ہیں؟ پکی گل ہے کہ سیاسی بیان ہے. بہت تو نہیں ہو آپ, ویڈیو بن رہی ہے. کیا کھانا پینا پسند کریں گے, پلاٹ کوٹھی کار کے علاوہ بتائیں نا, مجھ سے نہیں شرمانا, میں وکی کی آنٹی ہوں. بلکہ وکی کو چھوڑو, آج ہم سہیلی نہ بن جائے. ہاں سہیلی, ہاں چلو پھر گندی باتیں کریں. آپ تو بہت آپ اتری ہو, جلدی بتاؤ وکی کہاں ہے نا. وکی کو پہچانا نہیں؟ نہیں. ادھر دیکھو میری آنکھوں میں کچھ نظر آیا. ہاں کیا؟ آنکھیں بند کریں. اوکے ادھر دیکھیں, آنکھیں بند کر کے دیکھیں. اوکے آنٹی کا تو اعتبار کریں نا. اوکے آنٹی بے ضرر ہے, ہومیوپیتھک. اور کی میں نہر دکھ لوں نا.
ये मजबूरी है, आप ये ना समझिएगा वसीम साहब पिंडी से आए, ये ना सोचिएगा। अच्छा हाँ, कुड़ी बनना थी तो पहले सामान तो चाहिदा ला लेना सी। की दसा केड़ी केड़ी रेड़ी तो खजल हो गया आना पिया। मैं फोन किया सी वेटिंग ते जान डिया सी। पर तो हालत बनाई क्यों है? अपने दोस्तों ने ब्याह कराने वास्ते कुर्बानी मैनू देनी पई है। वजह? उन्होंने ब्याह हो गए तो मैं ठीक हो जाऊंगा। ते शूटिंग दा की करना है? शूटिंग हुन चार दिन तो बाद ही होएगी जदों तक मेरे दोस्तों ने ब्याह नहीं होंदे। हां हाय ते रेसल किते करांगे? रेसल इत्थे करो, इत्थे किने मोड़ना है? इत्थे रेसल कर लईए। की ख्याल है चाचा जी? ओके इत्थे कर लैंदे आ। इत्थे करो। बहुत पुराना। मैं तेरी नानी ना फसया रहा की गल है? आ देखो यकीन करो, दुनिया ते उदो घर नहीं सी जदों आए। ਜਦੋਂ ਕਹਾਣੀ ਸੀ ਆਇਆ ਉਦੋਂ ਪੁੱਟਦੇ ਕੀ ਸਨ ਬਈ? ਵਾਪਸ ਕਿਉਂ ਨੀ ਕਰਦੇ? ਦੂਰ ਦੀ ਕਿ ਨੇੜੇ ਦੀ? ਦੂਰ ਦੀ। ਦੱਸੋ ਗੁਜਰਾਂ ਦਾ ਕੀ ਹੋ ਰਿਹਾ? 10 ਰੁਪਏ ਆਏ ਨੀ। ਕੀ ਕਰਨਾ? ਆ ਟੋਲ ਟੈਕਸ ਨੀ ਦੇਣਾ? ਹੈ ਤੁਸੀਂ ਮੈਨੂੰ ਸਮਝਦੇ ਹੋ ਬੇਵਕੂਫ? ਕੀ ਹੋਇਆ? ਮੈਂ ਤੁਹਾਡੀਆਂ ਸਾਰੀਆਂ ਤਿਆਰੀਆਂ ਕਰ ਦਿੱਤੀਆਂ। ਕਿਹੜੀ? ਹਾਂ, ਪਾਣੀ ਗਰਮ ਕਰਨ ਵਾਸਤੇ ਰੱਖ ਦਿੱਤਾ। ਬਹੁਤ ਅੱਛੇ, ਬਸ ਛੋਟੇ ਨਾਲ ਕੰਮ ਲੈ ਗਿਆ। ਉਹ ਕੀ ਬੇਟਾ? ਵਿੱਚ ਬੇਰੀ ਦੇ ਪੱਤੇ ਪਾਉਣ ਵਾਲੇ। ਇਹ ਉੱਥੇ ਤਾਸ਼ ਦੇ ਪੱਤੇ ਲੈ ਕੇ ਪਾ ਦੇ। ਓਏ ਸਮਝ ਯਾਰ, ਉਹ ਤਾਂ ਤੁਹਾਡਾ ਵਿਆਹ ਹੋਇਆ। ਮੇਰਾ ਵਿਆਹ ਹੋਇਆ? ਹਾਂ, ਝੋਨੇ ਪਾਈਏ ਗਾਇਆ ਨੇ। ਉਹ ਮਹਿੰਦੀ ਤਾਂ ਸਜਦੀ ਤੇ ਨੱਚੇ ਮੁੰਡੇ ਦੀ ਮਾਂ, ਫਿਰ ਤੁਹਾਡੀ ਵਾਲਦਾ ਨੱਚੀ। ਯੈਸ, ਫਿਰ ਉਹਨਾਂ ਕਹਾ ਮਹਿੰਦੀ ਤਾਂ ਸਜਦੀ ਤੇ ਨੱਚੇ ਮੁੰਡੇ ਦੇ ਯਾਰ, ਫਿਰ ਤੁਹਾਡੇ ਯਾਰ ਨੱਚੇ। ਫਿਰ ਉਹਨਾਂ ਕਹਾ ਮਹਿੰਦੀ ਤਾਂ ਸਜਦੀ ਤੇ ਨੱਚੇ ਮੁੰਡੇ ਦੀ ਭੈਣ, ਫਿਰ ਤੁਹਾਡੀ ਬਾਜੀ ਨੱਚੀ। ਯੈਸ, ਫਿਰ ਉਹਨਾਂ ਕਹਾ ਮਹਿੰਦੀ ਤਾਂ ਸਜਦੀ ਤੇ ਨੱਚੇ ਮੁੰਡੇ ਦਾ ਪਿਓ, ਫਿਰ ਪੂਰਾ ਲਾਹੌਰ ਨੱਚਿਆ। ਔਰ ਕੀ ਹੋਇਆ ਸਾਹਿਬ ਜੀ ਦਾ ਨੂੰਹ? ਕੁਛ ਨੀ ਹੋਣਾ, ਮੇਰਾ ਦੋਸਤ ਨੀ ਆਇਆ ਯਾਰ, ਰਾਣਾ ਦਰੀਸ ਆਇਆ, ਮੋਬਾਈਲ ਵਾਲਾ ਮੇਰਾ ਵਿਆਹ ਨਹੀਂ ਆਇਆ ਯਾਰ। ਆ ਜਾਣਗੇ ਇਨਸ਼ਾਅੱਲਾ, ਕੋਈ ਐਸੀ ਗੱਲ ਨਹੀਂ। ਹਾਂ, ਬਸ ਨਸੀਮ ਸਾਹਿਬ ਆ ਗਏ ਸਾਰੇ ਆ ਗਏ। ਹਾਂ, ਅਰੇ ਬੱਚਾ ਨਿਕਲ ਜਾਊਗਾ, ਚੱਲ ਨਿਕਲ ਜਾ। ਓਏ ਚਲੋ ਬਦਤਮੀਜ਼ੀ ਨਾ ਕਰ ਵੀ ਕਰ ਦੋ। ਓ ਚਲੋ ਬਦਤਮੀਜ਼ੀ ਨਾ ਕਰ, ਨਿਕਲ ਜਾ। ਬਕਵਾਸ ਨਾ ਕਰੀ ਮੇਰੇ ਨਾਲ। ਬਕਵਾਸ ਨਾ ਕਰੀ ਮੇਰੇ ਨਾਲ। ਇਹ ਬਦਤਮੀਜ਼ੀ ਕਰੇਗਾ ਮੇਰੇ ਨਾਲ? ਇਹ ਬਦਤਮੀਜ਼ੀ ਕਰੇਗਾ ਮੇਰੇ ਨਾਲ? ਜਿਸ ਤਰ੍ਹਾਂ ਮੈਂ ਕਹਾਂਗਾ ਉਸ ਤਰ੍ਹਾਂ ਹੀ ਕਰੇਗਾ। ਜਿਸ ਤਰ੍ਹਾਂ ਮੈਂ ਕਹਾਂਗਾ ਉਸ ਤਰ੍ਹਾਂ ਹੀ ਕਰੇਗਾ। ਇਹ ਗੱਲ ਹੈ, ਇਹ ਗੱਲ ਹੈ। ਮੈਂ ਤੇ ਹੈ ਖੋਤੇ ਦਾ ਪੁੱਤਰ, ਬਸ ਇਹ ਹੀ ਪਤਾ ਕਰਾਉਣਾ ਸੀ। ਭਾਈ ਗੱਲ ਦੱਸੋ, ਹਾਂਜੀ, ਸਾਡਾ ਵਿਆਹ ਹੋ ਰਿਹਾ। ਹਾਂ, ਇਹ ਵਿਆਹ ਕੀ ਹੁੰਦਾ? ਇਹ ਮੇਰੀ ਜਾਨ 35-40 ਸਾਲ ਦਾ ਐਗਰੀਮੈਂਟ ਹੁੰਦਾ ਹੈ, ਜੇ ਵਿੱਚ ਜਾਨ ਛੁੱਟ ਜਾਏ ਤੇ ਅੱਲਾ ਮਾਲਕ। ਭਾਈ ਨੇ, ਹਾਂਜੀ, ਇਹ ਪੋਟੀ ਜਿਹੜੀ ਹੁੰਦੀ ਹੈ, ਘੁੰਡ ਕੱਢ ਕੇ ਕਿਉਂ ਬੈਠੀ ਹੁੰਦੀ ਹੈ? ਉਹ ਵਿੱਚ ਵਾਕਫ ਵੀ ਆਏ ਹੁੰਦੇ ਨੇ ਨਾ। ਭਾਈ ਨੇ, ਹਾਂਜੀ, ਇਹ ਸੁਹਾਗ ਰਾਤ ਕਿਸ ਤਰ੍ਹਾਂ ਮਨਾਈ ਦੀ ਏ? ਇਹ ਜਿਸ ਤਰ੍ਹਾਂ 14 ਅਗਸਤ ਨੀ ਮਨਾਈ ਦੀ ਸਲੰਸਰ ਕੱਢ ਕੇ? ਕੋਈ ਹੋਰ ਸਵਾਲ ਪੁੱਛੋ। ਇਹ ਤੂੰ ਮੇਰੇ ਕੋਲੋਂ ਸਵਾਲ ਪੁੱਛੀ ਜਾਂਦਾ, ਮੇਰੇ ਸਵਾਲ ਦਾ ਜਵਾਬ ਦੇ। ਭੈਣ ਨੇ, ਇਹ ਜਦੋਂ ਤੰਦੂਰ ਗਰਮ ਹੋ ਜਾਂਦਾ ਹੈ, ਆਹੋ, ਉਹਦੀ ਮੋਰੀ 'ਚ ਕੱਪੜਾ ਕਿਉਂ ਦਿੰਦੇ ਨੇ? ਪਤਾ ਨੀ ਭੈਣ ਨੇ। ਜੀ, ਹਮਾਰੀ ਸ਼ਾਦੀ ਹੋ ਰਹੀ ਹੈ। ਅੱਛਾ, ਆਪਕੀ ਸ਼ਾਦੀ ਹੋਈ ਹੈ? ਨਹੀਂ। ਨਹੀਂ ਹੋਈ? ਨਹੀਂ ਤੋ। ਕਭੀ ਕਭੀ ਨਹੀਂ, ਕਭੀ ਨਾ ਕਭੀ ਯਾਦ ਨਾ ਰਹੋ। ਰਾਣਾ ਸਾਹਿਬ, ਮੇਰੀ ਸ਼ਾਦੀ ਨਹੀਂ ਹੋਈ। ਅੱਛਾ, ਨਹੀਂ ਹੋਈ, ਸਹੀ ਹੈ। ਹੋਈ ਹੋਵੇ, ਇੱਕ ਅੱਧੀ ਮਿਸ ਕਾਲ ਵੱਜ ਗਈ ਹੋਵੇ ਅਚਾਨਕ। ਨਹੀਂ ਹੋਈ ਮੇਰੀ ਸ਼ਾਦੀ। ਆਲੇ ਤੇ ਮੈਂ ਸ਼ਾਦੀ ਵਾਸਤੇ ਤਿਆਰ ਹੋਣਾ, ਰੌਣਕ ਨਹੀਂ, ਕੋਈ ਮੇਲਾ ਨਹੀਂ, ਕੋਈ ਸਭ ਕੁਝ ਹੋਗਾ।
ਹਰ ਮਾਲ 10 ਰੁਪਈਏ ਹਰ ਮਾਲ 10 ਰੁਪਈਏ ਇਹ ਤੁਸੀਂ ਵੀ ਸ਼ੁਕਰ ਕਰੋ ਦੁਨੀਆ ਤੇ ਬੰਦੇ ਹੈਗੇ ਨੇ ਤਾਂ ਹੀ ਐਡਾ ਸੋਹਣਾ ਮੇਕਅਪ ਕਰਕੇ ਤਿਆਰ ਹੁੰਦੀਆਂ ਹੋ ਬੰਦੇ ਨਾ ਹੁੰਦੇ ਤੁਸੀਂ ਵੀ ਸੰਡਿਆਂ ਨੂੰ ਆਈ ਲਵ ਯੂ ਕਹਿਣਾ ਸੀ ਔਰ ਜਿਹੋ ਜਿਹੀਆਂ ਤੁਹਾਡੀਆਂ ਹਰਕਤਾਂ ਸੰਡੇ ਨੇ ਵੀ ਕਹਿਣਾ ਸੀ ਇੱਕ ਸਪੈਸ਼ਲ ਸ਼ੇਰ ਤੇ ਤੁਹਾਡੀ ਕਮੀਜ਼ਾਂ ਨੂੰ ਬਟਨ ਕੋਲ ਲਾਂਦਾ ਨਾ ਹੁੰਦੀਆਂ ਔਰਤਾਂ ਅਸੀਂ ਕੱਪੜੇ ਪਾਉਣੇ ਕਦੋਂ ਸੀ ਔਰ ਚਬੜਾ ਵੀ ਅਸੀਂ ਪਰ ਕੱਪੜੇ ਨਾ ਪਾਉਂਦੇ ਤਾਂ ਪੱਪੂ ਕਾਲਾ ਕਿਹੋ ਜਿਹਾ ਲੱਗਣਾ ਸੀ ਸਹੀ ਗੱਲ ਹੈ ਪੱਪੂ ਕਾਲੇ ਨੇ ਬਸ ਚ ਬੈਠੇ ਉਹਦੇ ਤੇ ਗੌਰ ਤੇ ਕਰ ਆ ਮਾਸ਼ਾਅੱਲਾ ਸ਼ਰਮਾਂਦਾ ਵੀ ਇੱਕ ਸ਼ੇਰ ਨਾ ਕਿੱਡਾ ਅੱਛਾ ਲੱਗਿਆ ਪੱਪੂ ਆਹਾ ਸੁਭਾਨ ਅੱਲਾ ਇੱਕ ਸ਼ੇਰ ਆਪਣੇ ਭਰਾਵਾਂ ਨੂੰ ਇਹਨਾਂ ਬੇਵਫਾ ਔਰਤਾਂ ਲਈ ਪਹਿਲੇ ਮੇਰੀ ਗੱਲ ਸੁਣ ਜਵਾਬ ਦਿਓ ਫਿਲਮਾਂ ਨੂੰ ਐਡਾ ਭੈੜਾ ਕਹਿੰਦੇ ਹੋ ਕਦੇ ਫਿਲਮਾਂ 'ਚ ਕੰਮ ਕੀਤਾ ਕਿੱਡਾ ਔਖਾ ਹੁੰਦਾ ਹੈ ਮੈਂ ਕੀਤਾ ਫਿਲਮਾਂ 'ਚ ਕੰਮ ਤੂੰ ਕੀਤਾ ਕੰਮ ਸ਼ਬਦ ਜੀ ਮੇਰਾ ਕੰਮ ਕੀਤਾ ਹੀ ਕੀਤਾ ਉਹ ਮੈਨੂੰ ਦੱਸ ਰਿਹਾ ਸੀ ਉਹਨੇ ਤੇਰੇ ਨਾਲ ਕੰਮ ਕੀਤਾ ਹੈ ਇਹ ਸ਼ਬਦ ਜੀ ਮੇਰੀ ਇਹੀ ਭੈੜੀ ਆਦਤ ਹੈ ਅਗਲੇ ਨਾਲ ਕੰਮ ਕਰੇ ਤੇ ਪਿਛਲੇ ਨੂੰ ਦੱਸ ਦਿੰਦਾ ਸ਼ਬਕਤ ਚੀਮੇ ਨਾਲ ਕੰਮ ਕੀਤਾ ਹਾਂਜੀ ਕਦੀ ਸਾਨੂੰ ਵੀ ਮੌਕਾ ਦਿਓ ਉਹ ਸ਼ਬਕਤ ਚੀਮਾ ਤੂੰ ਅੱਛਾ ਕਿੱਥੇ ਕਿੱਥੇ ਕੰਮ ਕੀਤਾ ਤੁਸੀਂ ਮੈਂ ਜੀ ਫਿਲਮਾਂ 'ਚ ਕੰਮ ਕੀਤਾ ਸਟੇਜ ਤੇ ਕੰਮ ਕੀਤਾ ਟੀਵੀ ਤੇ ਕੰਮ ਕੀਤਾ ਤੇ ਘਰ ਕਿਉਂ ਨਹੀਂ ਕਰਦੇ ਓ ਚਬਲ ਦੇ ਪੁੱਤਰਾ ਘਰ ਕ ਲੋਕ ਨਹੀਂ ਆਉਂਦੇ ਆ ਸਾਰੇ ਕੰਮ ਕਰ ਲੈਂਦੀ ਆ ਘਰ ਦੇ ਫਿਕਰ ਨਾ ਕਰੋ ਲੈ ਬਿਸ਼ਦਾ ਦੇ ਛੇੜ ਆਪਣੇ ਭਰਾਵਾਂ ਨੂੰ ਇਹਨਾਂ ਬੇਵਫਾ ਕੁੜੀਆਂ ਲਈ ਹਾਂਜੀ ਮੈਂ ਆਸ਼ਿਕਾਂ ਨੂੰ ਇੱਕ ਮੱਤ ਦੇਣਾ ਤੂੰ ਘਰ ਖਰਚਾ ਕਿਉਂ ਨਹੀਂ ਦਿੰਦਾ ਸੋਨੇ ਦਾ ਕਲਾਕ ਹੋਵੇ ਮੇਰੇ ਕੋਲ ਰਿਸ਼ਤਾ ਮੰਗਣ ਵਾਲੇ ਤੇਰੀ ਭੈਣ ਨੂੰ ਤਲਾਕ ਸਾਰੇ ਰਲ ਕੇ ਪੜੋ ਸਵਾਬ ਹੋਏਗਾ ਮੈਂ ਆਸ਼ਿਕਾਂ ਨੂੰ ਇੱਕ ਮੱਤ ਦੇਣਾ ਉਹਨਾਂ ਨੂੰ ਦੇ ਕੇ ਫਿਰ ਮੈਨੂੰ ਵੀ ਦੇਈ ਚਿੱਟੇ ਰੰਗ ਦੀ ਮਧਾਣੀ ਏ ਇਮਤਿਆਜ਼ ਮੁਗਲ ਮੈਨੂੰ ਭੈਣ ਦੇ ਦੇ ਤੇਰੀ ਨਸ ਵੀ ਤੇ ਜਾਣੀ ਭੈਣ ਕੋਈ ਨੀ ਅਸੀਂ ਅੱਠ ਭਰਾ ਵਾ ਅੱਠ ਭਰਾ ਸੱਤ ਭਰਾ ਕਿਸੇ ਨੂੰ ਦੇ ਕੇ ਇੱਕ ਭੈਣ ਹੀ ਲੈ ਲਓ ਉਹ ਕਿਸੇ ਗਰੀਬ ਦੇ ਕੰਮ ਤੇ ਆਵੇ ਮਰੋ ਵਿੱਚ ਨਹੀਂ ਜੇ ਮੇਰਾ ਦਿਲ ਕਰਦਾ ਕੁਝ ਕਹਿਣ ਨੂੰ ਤੇਰੀਆਂ ਸੱਤ ਭੈਣਾਂ ਨੇ ਨਿਕਲੋ ਤੁਹਾਡੀ ਭੈਣ ਨੂੰ ਚੱਲ ਉਹ ਵੀ ਪੂਰਾ ਕਰ ਮੈਂ ਆਸ਼ਿਕਾਂ ਨੂੰ ਇੱਕ ਮੱਤ ਦੇਣਾ ਕੁਝ ਆਪਣੇ ਆਪ ਨੂੰ ਮਿਆਰ ਦਿਓ ਛੱਡੋ ਖੈੜਾ ਇਹਨਾਂ ਸੋਹਣਿਆਂ ਦਾ ਦੋ ਚਾਰ ਦਿਨ ਇਹਨਾਂ ਨੂੰ ਵਿਸਾਰ ਦਿਓ ਜਿੱਥੇ ਮਿਲ ਪਵਣ ਮੂੰਹ ਫੇਰ ਲਵੋ ਹਰ ਗੱਲ ਤੋਂ ਕਰ ਇਨਕਾਰ ਦਿਓ ਤੁਹਾਨੂੰ ਕਰੋ ਆ ਕੇ ਜੇ ਨਾ ਸੱਦਣ ਮੈਨੂੰ ਚੌਕ 'ਚ ਗੋਲੀ ਮੇਰਾ ਵਿਆਹ ਹੋ ਰਿਹਾ ਤੇ ਮੇਰਾ ਮੁੰਡਾ
ਤੁਸੀਂ ਭਾਵੇਂ ਆਪਣਾ ਬਰਤਨ ਛੱਡਣ ਆਏ। ਉਹ ਮੇਰਾ ਵਿਆਹ ਹੀ ਮੇਰਾ ਵਿਆਹ ਹੋ ਰਿਹਾ ਇਹਦੇ ਨਾਲ। ਇਹ ਸਾਡੇ ਜਿਗਰ ਜਾਨ ਕਸ਼ਮੀਰੀ ਸਾਹਿਬ ਨੂੰ ਇੱਕ ਬੰਦਾ ਕਹਿੰਦਾ ਇਹ ਝਾਲਾਂ ਵਾਲਾ ਆਟਾ ਸ਼ਹਿਰੋਂ ਬਾਹਰ ਕਿਉਂ ਬਣਾਉਂਦੇ ਨੇ, ਕਹਿੰਦਾ ਉਹ ਇਸ ਕਰਕੇ ਕਿ ਨਾਗ ਤੇ ਕੀ ਵਾਲਾ ਚੜ ਜਾਂਦਾ। ਅਗਲੀ ਚ ਜਾਣ ਲਿਆ ਸੀ ਉਹ ਕਦੇ ਮੈਨੂੰ ਤਸੱਲੀ ਮੈਂ ਜੰਮਿਆ ਤੈਨੂੰ। ਮੇਰਾ ਖਿਆਲ ਹੈ ਲੀਡ ਲਈ ਹੈ ਗਲੀ ਚ ਜਾਣ ਡਿਆ ਸੀ ਕੁੱਤਾ ਇਹਦੇ ਮਗਰ ਲੱਗ ਗਿਆ, ਕਹਿੰਦੇ ਜੇ ਮੇਰੇ ਨਾਲ ਜਾਣੇ ਤੇ ਘਰ ਦੱਸ ਗਿਆ। ਝੂਠ ਹੈ ਕਿ ਸੱਚ? ਹੁਣੇ ਪਤਾ ਕਰ ਲੈਣੇ। ਦੱਸੋ ਜੀ ਤੁਹਾਨੂੰ ਕਿਹਾ ਸੀ? ਬੈਠੋ ਜੀ, ਤੁਹਾਡੇ ਨਾਲ ਵਿਆਹ ਹੋ ਰਿਹਾ। ਵਾਕਿਆ ਪਾਉਣ ਲੱਗਾ ਹਾਸਾ। ਇਹ ਆਪਣਾ ਕਿਸ ਤਰ੍ਹਾਂ ਮਰਲਾ ਲਈ ਜੇ? ਡਾਲਾ ਵੀ ਮੰਗਾ ਲੈਣਾ, ਬਲਕਿ ਰੈਡੀ ਹੈ, ਤੁਸੀਂ ਬਹਿਣਾ ਤੇ ਅੱਗੋਂ ਚੁੱਕਿਆ ਜਾਣਾ ਉਹਨਾਂ। ਕਿਹੜੇ ਡਾਲੇ ਦੀ ਗੱਲ? ਬੈਠੋ। ਅੱਛਾ ਜੀ, ਇੱਥੇ ਵਿਆਹ ਹੋ ਰਿਹਾ, ਮੈਂ ਤੁਹਾਡੇ ਲਈ ਮਠਿਆਈ ਲੈ ਕੇ ਆਵਾਂ? ਆਹੋ, ਮਠਿਆਈ ਮੈਂ ਤੇਰੇ ਲਈ ਕੁੜੀਆਂ ਮੰਗਾਉਣਾ। ਉਹ ਕੁੜੀਓ, ਬਦਨਾਮ ਨਾ ਕਰ। ਚਲੋ ਜੀ, ਖੈਰ ਇਹ ਕੁੜੀਆਂ ਢੱਕੀਆਂ ਨੇ, ਮੱਖੀਆਂ ਬਹਿਣ ਡਈਆਂ ਨੇ। ਇਹਨਾਂ ਦੋਵਾਂ ਕੁੜੀਆਂ ਦਾ ਤੁਹਾਡੇ ਨਾਲ ਵਿਆਹ ਹੋਣ ਲੱਗਾ? ਇਹਦੇ ਨਾਲ ਕਿੱਥੇ ਵਿਆਹ ਕਰਨਾ ਜੇ? ਉਹ ਵੀ ਤੇ ਦੁਨੀਆ ਦਾ ਪੁਰਾਣਾ ਤਰੀਨ ਆਦਮੀ ਜੇ ਉਹ। ਇਹ ਖਾਲੀ ਜ਼ਮੀਨ ਹੁੰਦੀ ਸੀ, ਇਹਨੇ ਕਿਹਾ ਸੀ ਇੱਥੇ ਲਾਹੌਰ ਬਣਨਾ ਜੇ। ਬੈਠੋ ਬੈਠੋ ਬੈਠੋ, ਲੈ ਆ ਜਾ ਲੈ। ਦੇਖੋ ਹਮਾਰੀ ਸ਼ਾਦੀ ਮੇਂ ਕੈਸੇ ਕੈਸੇ ਲੋਕ ਆ ਰਹੇ ਹੈ। ਇਹ ਸਾਰੇ ਅਬੂ ਬੜੇ ਦਫਾ ਵੀ ਹੋ, ਆਪਣਾ ਦੇਖੋ 9 ਨੰਬਰ ਸਾਈਕਲ ਆ ਗਈ। ਲੜਕੀ ਦਾ ਨਾਂ ਜਨਾਬ? ਬਿੱਲੋ। ਬਿੱਲੋ ਕੋਠੇ ਟੱਪਣੀ। ਬਿੱਲੋ ਕੋਠੇ ਟੱਪਣੀ। ਵਾਲਦ ਸਾਹਿਬ ਦਾ ਨਾਂ? ਆਬਦ ਕਸ਼ਮੀਰੀ। ਆਬਦ ਕਸ਼ਮੀਰੀ। ਇਹ ਦੱਸੋ ਕਿ ਲੜਕੀ ਦੇ ਅਗਲੇ ਸ਼ਾਖ ਸਹੀ ਨੇ? ਤੇਰੇ ਖਰਾਬ ਕਰ ਦੇਣੇ ਨੇ ਸ਼ਾਖ ਭਾਈ। ਸ਼ਾਖ ਦਿੱਤਾ ਤੂੰ ਸਾਨੂੰ ਖਰਾਬ ਦਿਆ ਪੁੱਤਰਾ। ਉਹ ਕੁੜੀ ਕਿ ਕੱਢੀ ਆ? ਮੈਂ ਪੁੱਛਦਾ ਅਗਲੇ ਸ਼ਾਖ ਠੀਕ ਨੇ? ਬਦਤਮੀਜ਼ ਆਦਮੀ, ਅਗਲੇ ਸ਼ਾਖ ਠੀਕ ਨੇ? ਅੱਜ ਖੋਲਾਂਗੇ ਤੇ ਪਤਾ ਲੱਗੇਗਾ। ਚਲੋ ਦਫਾ ਮਾਰੋ ਜੀ। ਇਹ ਦੱਸੋ ਕਿ ਕੁੜੀ ਕੱਚੇ ਚ ਧੂਆਂ ਤੇ ਨੀ ਮਾਰਦੀ? ਨਹੀਂ ਮਾਮਾ, ਤੇਰੇ ਇੱਕ ਸੁਣ ਮਾਰਦੀ ਏ। ਗਲਤ ਗੱਲ ਹੋ ਗਈ, ਗਲਤ ਗੱਲ ਹੋ ਗਈ। ਛੱਡੋ ਭਾਂਜੀ, ਛੱਡੋ ਕੀ ਆ ਮੈਂ ਗੁਜਰ। ਇਹ ਕੁੜੀ ਨਹੀਂ, ਮੇਰਾ ਮੁੰਡਾ ਹੈ। ਅੱਛਾ ਅੱਛਾ, ਅੱਜ ਮੁੰਡਾ ਹੈ? ਮੁੰਡਾ ਨਹਿਰ ਤੇ ਨਾਲ ਚਲਾ ਜਾਂਦਾ? ਨਹੀਂ, ਨਹਿਰ ਵਾਲੇ ਇੱਥੇ ਆਉਂਦੇ ਨੇ। ਲੜਕੇ ਦਾ ਨਾਂ ਜਨਾਬ? ਅਜੀ, ਲੜਕੇ ਦਾ ਨਾਂ ਨਹੀਂ ਬਣਾਉਣਾ। ਤੇ ਪਿਓ ਦਾ ਨਾਂ? ਨਹੀਂ ਬਣਾਉਣਾ। ਉਹ ਵੀ ਨਹੀਂ? ਤੇ ਦਾਦੇ ਦਾ ਨਾਂ? ਨਹੀਂ ਬਣਾਉਣਾ। ਉਹ ਸਾਰੇ ਨਹੀਂ ਬਣਾਉਣੇ? ਉਹ ਤੇ ਰਾਣੇ ਚ ਰਾਣੇ ਚੰਗੜ ਆਉਣੇ ਨੇ।
ਮੇਰਾ ਖਿਆਲ ਮਹੱਲੇ 'ਚ ਵੀ ਕੋਈ ਰਾਣਾ ਹੋਣਾ। ਅੱਛਾ ਜੀ, ਇਹ ਦੂਸਰੀ ਲੜਕੀ ਦਾ ਨਾਂ ਜਨਾਬ? ਨੀਲਮ। ਨੀਲਮ ਬਲਾਕ 3 ਨੰਬਰ ਸਟਾਫ। ਨੀਲਮ ਬਲਾਕ 3 ਨੰਬਰ ਸਟਾਫ, ਦੁਬਈ ਚੌਕ ਤੋਂ ਸਜੇ ਹੱਥ। ਟੈਲੀਫੋਨ ਨੰਬਰ ਵੀ ਦੱਸ ਦੇ। ਵਾਲਦ ਸਾਹਿਬ ਦਾ ਨਾਂ ਜੀ? ਅਜੇ ਕੇਸ ਚੱਲਣ ਡੇ ਆ। ਓ ਯਾਰ, ਉਹ ਹੀ ਲਿਖਣਾ, ਇੱਕੋ ਹੀ ਫੈਕਟਰੀ ਦਾ ਮਾਲ ਹੈ। ਅੱਛਾ ਅੱਛਾ, ਮੇਰੇ ਹੀ ਸੈਂਪਲ ਨਹੀਂ ਸਾਰੇ। ਹਾਂਜੀ, ਇਹ ਲੜਕੇ ਦਾ ਨਾਂ ਜਨਾਬ? ਆਮਿਰ। ਆਮਰ। ਅੱਛਾ ਜੀ, ਆਮਰ। ਵਾਲਦ ਸਾਹਿਬ ਦਾ ਨਾਂ ਜੀ? ਜਾ ਮਰ। ਉਸਾਮਾ ਲਿਖ ਲਓ, ਜਰਾ ਰੋਹ ਪੈ ਜਾਏਗਾ। ਤੀਸਰੀ ਲੜਕੀ ਦਾ ਨਾਂ? ਸ਼ਮੀਮ ਆਰਾ। ਸ਼ਮੀਮ ਆਰਾ। ਵਾਲਦ ਸਾਹਿਬ ਦਾ ਨਾਂ? ਲੱਕੜ ਆਰਾ। ਦਾਦੇ ਦਾ ਵੀ ਲਿਖ ਲਿਖ ਲਿਆ, ਥੱਕਿਆ ਥੱਕਿਆ ਆਰਾ। ਹਾਂਜੀ, ਭਰਾ ਦਾ ਨਾਂ ਗੈਨ ਕੁਮਾਰਾ। ਫੁੱਪੀ ਦਾ ਨਾਂ ਫੇਫੁਆਰਾ। ਹਾਂਜੀ, ਜਿਹੜਾ ਹਰ ਬੰਦਾ ਨਾ ਜਾਂਦਾ। ਸਾਰਾ ਖਾਨਦਾਨ ਮਾਰ ਦਿੰਦਾ। ਮੈਂ ਚਲੀਏ ਉਧਰ? ਨਹੀਂ ਨਹੀਂ। ਚਲੋ ਠੀਕ ਹੈ ਜੀ, ਗੈਨ ਗੁਬਾਰਾ ਫੇ ਫੁਹਾਰਾ। ਇਹ ਦੱਸੋ ਕਿ ਲੜਕੀ ਦਾ ਮੇਨ ਐਕਸੀਡੈਂਟ ਤੇ ਨਹੀਂ ਹੋਇਆ? ਹੋਇਆ ਹੋਇਆ, ਮੈਂ ਕਰਨਾ ਹੋਣੇ ਮੇਨ। ਹਾਂਜੀ, ਕਿਸੇ ਦੀ ਟੋਪੀ ਨੂੰ ਬਾਰ ਬਾਰ ਹੱਥ ਨਹੀਂ ਪਾਈਦਾ। ਨਕਾਹ ਕਰਾ, ਨਕਾਹ, ਮੈਂ ਜਾ ਕੇ ਹੋਰ ਬੜੇ ਕੰਮ ਕਰ ਜਾਵਾਂ। ਹੈਲੋ, ਲੋਕਾਂ ਨੇ ਮਟਰੋਲਾ ਰੱਖਿਆ, ਉਹਨੇ ਛਤਰੋਲਾ ਲੈ ਲਿਆ। ਤੂੰ ਕਿਤਨੇ ਰਾਣਾ, ਮੋਬਾਈਲ ਦਾ ਸਾਲਾ ਤੇ ਨਹੀਂ? ਵਾਕੇ ਵੋ ਮੇਰੇ ਭਾਈ ਜਾਨ। ਐ ਜਨਾਬ, ਲੜਕੇ ਦਾ ਨਾਂ? ਵਕਾਰੁਲ ਹਸਨ। ਵਕਾਰੁਲ ਹਸਨ ਮਰਹੂਮ। ਸਵੇਰੇ ਲਾਸ਼ ਲਵੋ। ਮੁਬਾਰਕ ਹੋਵੇ, ਹੁਣ ਤੁਸੀਂ ਸਾਈਨ ਕਰ ਦਿਓ। ਸ਼ਾ ਲਿਆ, ਨਿਕਾਹ ਕਰਨੇ ਕਿ ਤਨਖਾਹ ਲੈਣਾ ਆ? ਤੁਸੀਂ ਵੀ ਸਾਈਨ ਕਰੋ ਤਲਾਕਨਾਮੇ ਦੇ। ਅੱਲਾ ਨਾ ਕਰੇ, ਇੱਕ ਦਿਨ ਤੇ ਕਰ ਲੈ ਭੈਣਾ। ਤੂੰ ਤੇ ਕਿਸੇ ਮਿਸ਼ਨ ਤੇ ਆਈ ਹੈ। ਤਲਾਕਨਾਮੇ ਦੀ ਆਂਟੀ 2 ਮੰਜ਼ਲਾ, ਤੁਸੀਂ ਵੀ ਸਾਈਨ ਕਰੋ। ਮੇਰੇ ਕੋਲੋਂ 6-7 ਇਕੱਠੇ ਹੀ ਕਰਾ ਲੈ, ਫੇ ਕਿੱਥੇ ਮੇਰੇ ਮਗਰ ਖੱਜਲ ਹੋਏਗਾ। ਠੀਕ ਹੈ, ਇਹ ਜ਼ਰਾ ਮੇਰੀ ਪੂਛਲ ਛਡਾਣਾ। ਇਹ ਤੁਸੀਂ ਸਾਈਨ ਕਰੋ। ਪਿਛਲੇ ਵਿਆਹ ਤੇ ਹੋਰ ਕਿਤੇ ਸਨ? ਭਾਈ ਜਾਨ ਕੁਛ ਤੇ ਲਾਓ। ਹੈਲੋ ਜੋੜੇ, ਮੈਂ ਦੁੱਧ ਜਲੇਬੀਆਂ ਪੀ ਕੇ ਹੁਣੇ ਆਈ। ਹੈਲੋ, ਮੈਂ ਪੀਣੀ ਆ ਨੇ। ਤੁਸੀਂ ਵੀ ਨਾ ਪੀਣਾ। ਕਿਉਂ ਭਲਾ? ਐਵੇਂ ਗੱਲਾਂ ਬਣੀਆਂ ਹੀ ਆ। ਅੱਛਾ, ਇੱਕ ਗੱਲ ਦੱਸੋ। ਦੋ ਪੁੱਛੋ ਜਾਨੂ, ਹਨੀਮੂਨ ਕਿੱਥੇ ਮਨਾਉਣਾ? ਜਿੱਥੇ ਦਾੜੀ ਮੁਣਾਈ ਸੀ। ਨਾ ਮੇਰੀ ਜਾਨ, ਇਸ ਤਰ੍ਹਾਂ ਹਨੀਮੂਨ ਨੂੰ ਟੱਕ ਲੱਗ ਜਾਂਦਾ। ਹਨੀਮੂਨ ਨੂੰ ਹੈ ਹਨੀ? ਮੈਂ ਤਾਂ ਕਹਿੰਦਾ, ਫੋਨ ਆ ਰਿਹਾ ਕਿ ਦੋਸਤ ਕੋਲੋਂ ਮਸ਼ਵਰਾ ਤੇ ਨਹੀਂ ਮੰਗਿਆ? ਅਗਲੇ ਭੱਟੀਆਂ ਕੈਂਚੀਆਂ ਮਾਰ ਕੇ ਕੱਢਣ। ਕੌਣ ਲੋਕ ਹੋ ਤੁਸੀਂ ਯਾਰ, ਕੀ ਕਰ? ਮੈਂ ਕੀ ਚਾਹ ਰਿਹਾ ਚੱਟੂ ਵਟਿਆ, ਹਾਂਜੀ, ਇਹਨੂੰ ਲੈ ਕੇ ਸਿੱਧਾ ਮੈਂ ਨਿਕਲ ਜਾਵਾਂ ਮਰੀ ਤੇ ਵੱਡਾ ਕਮਰਾ ਲਵਾਂ। ਮੈਂ ਤੇ ਪਹਿਲੇ ਦਿਨ ਹੀ ਬੇਵਾ ਹੋ ਗਈ ਆ। ਇਸ ਖੁਸ਼ੀ ਦੇ ਮੌਕੇ ਤੇ ਮੇਰੀ ਵੋਟੀ ਨੱਚੇਗੀ।
ਪਰੇ ਪੈਗ ਚੱਕ ਪਾਬੰਦੀਆਂ ਤੋਂ ਹੋ ਗਏ।